ਸਭ ਤੋਂ ਪਹਿਲਾਂ ਪਰਮਪిత ਪਰਮੇਸ਼ਰ ਉਹਨਾਂ ਦੇ ਚਰਨਾਚਰਬਾਂ ਖਰਬਾਂ ਬਾੜ ਦੰਦੋਤਵੰਦਨਾ ਉਹਨਾਂ ਦੇ ਪਿਆਰਿਆਂ ਦੇ ਚਰਨਾਚ ਜਿਨ੍ਹਾਂ ਨੇ ਸਮੇਂ-ਸਮੇਂ ਤੇ ਆ ਕੇ ਸਾਡੇ ਅੰਦਰੋਂ ਜੋ ਭਰਮ ਬਹਿਮ ਦੁਈ ਦੁਐਸ਼ ਈਰਖਾ ਨਫਰਤ ਆ ਉਹ ਕੱਢ ਕੇ ਸਾਨੂੰ ਨਰੂਲ ਪਰਮਾਤਮਾ ਦੀ ਬੰਦਗੀ ਆ ਲਾਇਆ ਕਿ ਅਸੀਂ ਏਕ ਪਿਤਾ ਇੱਕ ਇਸ ਕੇ ਹੰਬਾਰ ਤੂੰ ਮੇਰਾ ਗਰਹਾਈ ਅਸੀਂ ਸਾਰੇ ਉਹਦੇ ਬੱਚੇ ਆ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਵਾਰਾ ਜਿਓ ਅਬਲੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੋ ਗੁਪਜਾ ਕੋਣ ਭਲੇ ਕੋ ਮੰਦੇ ਇਹ ਸਰਵਸਾਂਝਾ ਅਪਦੇਸ਼ ਦਿੱਤਾ ਸੋ ਗਰਵਾਣੀ ਦੇ ਵਿੱਚ ਸਾਰੇ ਧਰਮ ਗ੍ਰੰਥ ਬਹੁਤ ਵਧੀਆ ਸਤਿਕਾਰਯੋਗ ਆ ਦਾਸ ਨੂੰ ਚਲੋ ਸ਼ੌਂਕ ਸੀ ਮੈਨੂੰ ਸਾਰੇ ਪੰਨ ਦਾ ਮੌਕਾ ਮਿਲਿਆ ਹਰ ਇੱਕ ਕੋਲ ਇੰਨਾ ਸਮਾਂ ਨਹੀਂ ਹੁੰਦਾ ਜਾਂ ਇੰਨਾ ਸ਼ੌਂਕ ਨਹੀਂ ਹੁੰਦਾ ਬਹੁਤ ਬਹੁਤ ਲੰਮਾ ਸਮਾਂ ਮੈਂ ਦਿਨ ਚ 22 ਘੰਟੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੀਕਾ ਮਰ ਗਿਆ ਉਹਦਾ ਧਿਆਨ ਕੀਤਾ ਸ਼੍ਰੀ ਭਗਵਤ ਗੀਤਾ ਮਹਾਭਾਰਤ ਕ੍ਰਾਂਚਰੀਫ ਬਾਈਬਲ ਗੁਰ ਇਤਿਹਾਸ ਦਸਮ ਗ੍ਰੰਥ ਮੇਰੇ ਖਲ ਬਹੁਤ ਜਿਆਦੇ ਜਦ ਜਪਜੀ ਸਾਹਿਬ ਦੇ ਟੀਕੇ ਕੀਤੇ ਉਹ ਜਦ ਆ ਪਾਈ ਬੀਰ ਸਿੰਘ ਨਿਤਮੀ ਇਸ ਟੀਕ ਇਹਦੇ ਚ ਬਹੁਤ ਗਿਆਨ ਆ ਅਪੇ ਦਮਦਮੀ ਟਿਕਾਲ ਦੇ ਸੰਤ ਗੈਨੀ ਗਰਬਚਨ ਸਿੰਘ ਦੀ ਖਾਲਸਾ ਪਿੰਡ ਰਾ ਉਹਨਾਂ ਦੇ ਪੋਤਰੇ ਗੈਨੀ ਅਵਤਾਰ ਸਿੰਘ ਉਮੰਦਾ ਵੀ ਨਤਨੀਮ ਸਟਿੱਕ ਜਿਹੜਾ ਆ ਬਹੁਤ ਵਧੀਆ ਉਹ ਨਹੀਂ ਕੀਤਾ ਆਪਣੇ ਕਵੀ ਚੂੜਮਣੀ ਭਾਈ ਸੰਤੋਖ ਸਿੰਘ ਇਹਨਾਂ ਨੇ ਵੀ ਚੱਪ ਜੀ ਸਹਿ ਸਟਿੱਕ ਗਰਭ ਭੰਜਨ ਟੀਕਾ ਕੀਤਾ ਹੋਰ ਵੀ ਰਜਨੀਸ਼ ਦੇ ਹੋਰ ਨਰਮਲੇ ਸਾਧੂਆਂ ਦੇ ਅਦਾਸੀ ਸਾਧੂਆਂ ਦੇ ਸਨਾਕਨ ਮਤ ਦੇ ਸਾਧੂਆਂ ਦੇ ਮੇਰਾ ਖਲ ਸੈਂਕੜੇ ਟੀਕੇ ਜਪਜੀ ਸਾਹਿਬ ਦੇ ਕੀ ਪਿਓ ਆ ਚਲੋ ਸਾਰਿਆਂ ਦਾ ਥੋੜਾ ਥੋੜਾ ਡਿਫਰੈਂਸ ਜ਼ਰੂਰ ਹੈਗਾ ਜਿੱਦਾਂ ਦਾ ਅਨਪਾਗਿਆ ਪਰ ਸਟੈਲ ਹਰ ਇੱਕ ਨੇ ਬਹੁਤ ਆਪਣੀ ਜਿੰਨੀ ਕਿ ਪਰਮਾਤਮਾ ਉਹਨਾਂ ਨੂੰ ਤੇ ਕਿਰਪਾ ਕਰਦਾ ਆ ਲਗਨ ਜਾਂ ਉਹਨਾਂ ਦੇ ਅੰਦਰ ਹੁੰਦੀ ਆ ਉਹ ਆਪਣੇ ਜਿੰਨੀ ਕਮਾਲ ਕਨੇ ਬੁੱਧੀ ਸੋਜੀ ਦਿੱਤੀ ਉਹਦੇ ਸਾਬਨਾ ਉਹ ਕਰਦੇ ਆ ਇੱਕ ਸ਼ਬਦ ਅਰਥ ਹੁੰਦੇ ਆ ਇੱਕ ਗਾਂ ਭਾਵ ਅਰਥ ਹੁੰਦੇ ਆ ਸ਼ਬਦ ਅਰਥ ਸੌਖੇ ਆ ਪਰ ਉਹਦੇ ਗਾਂ ਭਾਵ ਅਰਥ ਗੁਰੂ ਸਾਹਿਬ ਸਮਝਾਉਣਾ ਕਿ ਕਹਿੰਦੇ ਇਹ ਇਹ ਬਹੁਤ ਜਿੱਦਾ ਸਮੁੰਦਰ ਦੇ ਵਿੱਚ ਜਿੰਨਾ ਡੂੰਗਾ ਜਾਈ ਜਾ ਉਹ ਉਨੇ ਹੀ ਗਾਂ ਥੱਲੇ ਹੀਰੇ ਮੋਤੀ ਤੈਨੂੰ ਮਿਲ ਜੰਦੇ ਆ ਇਦਾਂ ਹੀ ਜਦੋਂ ਸੀ ਜਿੰਨਾ ਆਪਣੇ ਅੰਤਿਸ਼ਕਾਰ ਵਿੱਚ ਡੂੰਗਾ ਜਾਈ ਜਾਂਦੇ ਆ ਉਨੇ ਹੀ ਜ਼ਿਆਦਾ ਅਨਪੱਬ ਤਿਆਡਾ ਖੁੱਲੀ ਜਾਂਦਾ ਹੈ ਸੋ ਗੁਰਵਾਣੀ ਦਾ ਜੇ ਕੋਈ ਇਹ ਕਹੇ ਵੀ ਮੈਂ ਇਹਦਾ ਕੋਈ ਅਰਥ ਕਰ ਸਕਦਾ ਨਹੀਂ ਉਹ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ ਉਹ ਤਾਂ ਉਹੀ ਜਾਣਦਾ ਪ੍ਰਮਾਤਮਾ ਜਾਣਦਾ ਜਾਂ ਗੁਰੂ ਨਾਨਕ ਸਾਹਿਬ ਜਾਣਦੇ ਜਿਨ੍ਹਾਂ ਨੇ ਉਹਦੀ ਅਚਾਰਨ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਕਸ਼ਮੀਰ ਚ ਗਏ ਆ ਉੱਥੇ ਜਪਜੀ ਸਾਹਿਬ ਦੀ ਉਹਨੇ ਕਥਾ ਕੀਤੀ ਤਾਂ ਸਿੱਖ ਸੰਗਤਾਂ ਨੇ ਬਹੁਤ ਮਾਨ ਕੀ ਤਾਂ ਮਹਾਰਾਜ ਕਹਿੰਦੇ ਤਨ ਤਨ ਹੋ ਗਈ ਪੀਕੇ ਬਦਬਾਨ ਕਰਦੇ ਆ ਇੱਦਾਂ ਕਰਦੇ ਆ ਪਰ ਤੁਸੀਂ ਤਾਂ ਜਿੱਦਾਂ ਤੌਰ ਅੰਦਰੋਂ ਸਾਨੂੰ ਉੱਥੇ ਪਛਾਣਤਾ ਤਾਂ ਉੱਥੇ ਛੇਵੇਂ ਪਾਚਾ ਮਹਾਰਾਜ ਨੇ ਵੀ ਇਹੀ ਕਿਹਾ ਕਿnde ਦੇਖੋ ਭਾਈ ਸਿੱਖੋ ਗੁਰਬਾਣੀ ਬਾਰੇ ਰੱਬ ਜਾਣਦਾ ਜਾਂ ਗੁਰਨਾਮਕ ਸਾਹਿਬ ਜਾਣਦੇ ਜਿਹੜੇ ਉੱਥੋਂ ਲੈ ਕੇ ਆਏ ਆ ਹਰ ਇੱਕ ਨੂੰ ਜਿੰਨੀ ਕਿ ਸੋਝੀ ਆ ਉਹ ਕਰਦਾ ਮੈਨੂੰ ਜਿੱਦਾਂ ਬੇਸ਼ੱਕ ਅਸੀਂ ਉਹਨਾਂ ਦੀ ਜੋਤ ਤੇ ਬੈਠੇ ਆ ਉਹਨਾਂ ਦੀ ਕਿਰਪਾ ਨਾਲ ਅਸੀਂ ਕੀਤਾ ਹੈ ਪਰ ਸਟਿਲ ਇਹਦੇ ਅਰਥ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣਦੇ ਤਾਂ ਹੀ ਬਾਣੀ ਚ ਵੀ ਮਹਾਰਾਜ ਇਹੀ ਕਹਿੰਦੇ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਸ਼ ਕੀ ਨਿਜ ਘਰ ਵਾਸਾ ਹੋਏ ਇਹ ਕਹਿੰਦੇ ਨਿਜ ਘਰ ਤੋਂ ਮਹਾਪੁਰਸ਼ਾਂ ਰਾਹੀ ਆਈ ਆ ਤੇ ਜਿਨ੍ਹਾਂ ਦੀ ਪਹੁੰਚ ਨਿਜ ਘਰ ਤੱਕ ਹੈਗੀ ਆ ਉਹੀ ਮਹਾਪੁਰਸ਼ ਇਹਦੇ ਬਾਰੇ ਜਿੰਨੀ ਕਿ ਸੋਝੀ ਮਾਲਕ ਰੰਦਾ ਉਹ ਦੱਸ ਸਕਦੇ ਬਿਆਨ ਹਰ ਇੱਕ ਦੇ ਇਹ ਵਸਤੀ ਗੱਲ ਨਹੀਂ ਬਾਣੀ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਕੋਈ ਬਿਰਲ ਆਇਆ ਜਿਹੜਾ ਇਸ ਬਾਣੀ ਤੇ ਅਰਥ ਸਮਝ ਸਕਦਾ ਚੱਲਣਾ ਤਾਂ ਫੇ ਵੀ ਉਦੋਂ ਵੀ ਔਖਾ ਹੈ ਦੇਖਣੀ ਚੱਲਦਾ ਤੇ ਕੋਈ ਬੜਲਾ ਬੜਲਾ ਹੈ ਜਿਹੜਾ ਉਹਦੇ ਤੇ ਪਹੁੰਚ ਜਾਂਦਾ ਹੈ ਪਰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਜੇ ਦਸ ਹੌ ਮੀਲ ਦਿੱਤੇ ਆਪਣੀ ਕੋਈ ਮੰਜ਼ਿਲ ਆ ਤਾਂ ਆਪਾਂ ਜੇ ਦਸ ਮੀਲ ਤੌਰ ਤੇ ਆ ਆਪਾਂ ਦਸ ਮੀਲ ਲਾਗੇ ਹੋ ਗਏ ਮੰਜ਼ਿਲ ਦੇ ਅਗਲੇ ਜਨਚ ਹੋਰ ਦਸ ਹੋ ਗਈ ਹੋਰ ਸੇ ਅਕਨੇ ਗੱਲ ਬਣ ਜੂਗੀ ਤੁਰਨਾ ਤਾਂ ਪੈਣਾ ਹੈ ਜੇ ਤੁਰਾਂਗੇ ਨਹੀਂ ਫੇ ਬੈਠੇ ਆ ਮੰਜਲ ਵਾਰੇ ਪਤਾ ਆ ਨਕਸ਼ਾ ਪੜੀ ਜਾਂਦੇ ਆ ਤਾਂ ਆਹ ਰਾ ਜਾਣਾ ਉਥੋਂ ਆ ਚੜਨਾ ਉਥੋਂ ਆ ਜਾਣਾ ਉਥੇ ਖੱਬੇ ਸੱਜੇ ਪੜੀ ਜਾ ਪੰਨਾ ਕੁਛ ਨਹੀਂ ਪੜਨਾ ਪੜ ਕੇ ਉਹ ਨਕਸ਼ੇ ਅਨਸਾਰ ਚੱਲਣਾ ਪੈਣਾ ਆ ਉਥੇ ਜਾਣਾ ਪੈਣਾ ਉਥੇ ਮੋੜ ਕੱਟਣਾ ਪੈਣਾ ਉਥੇ ਪ੍ਰੀਵਿ ਤੇ ਚੜਨਾ ਪੈਣਾ ਆ ਫਿਰ ਆ ਕੇ ਮੰਜ਼ਲ ਤੇ ਪਹੁੰਚਣਾ ਆ ਪਰ ਅਸੀਂ ਹੁਣ ਨਕਸ਼ੇ ਪੜੀ ਜਾਂਦੇ ਆ ਤੁਰਦੇ ਹੈ ਨਹੀਂ ਤੇ ਪੜੀ ਜਾ ਉਹ ساری ਉਮਰੀ ਪੜੀ ਜਾ ਉਹ ਫੇ ਫੇ ਨਹੀਂ ਗੱਲ ਬਣਨੀ ਸੋ ਕਈ ਹਰ ਮਤ ਦੇ ਵਿੱਚ ਚੰਗੇ ਲੋਕ ਵੀ ਆ ਮਾੜੇ ਲੋਕ ਵੀ ਆ ਸਮਾਜ ਚ ਵੀ ਆ ਕੌਣ ਚ ਵੀ ਆ ਘਰ ਚ ਵੀ ਆ ਇਹ ਤਾਂ ਰਹਿਣੇ ਆ ਸੋ ਪ੍ਰਚਾਰ ਦੇ ਵਿੱਚ ਵੀ ਮੈਂ ਦੇਖਿਆ ਕਈ ਬਹੁਤ ਦਲੇਰੀ ਦੇ ਨਾਲ ਸੱਚ ਬੋਲਦੇ ਆ ਪਰ ਕਈ ਨਹੀਂ ਬੋਲ ਸਕਦੇ ਉਹ ਉਹ ਕਹਿੰਦੇ ਜੀ ਸਾਨੂੰ ਨੌਕਰੀ ਤੋਂ ਕੱਢ ਦੇਣਗੇ ਅਸੀਂ ਫਲਾਨੀ ਸੰਸਥਾ ਦੇ ਨਾਲ ਆ ਉਹ ਫਿਰ ਜਿੰਨੀ ਕਿਸ ਸੰਸਥਾ ਆਲੇ ਕਹਿੰਦੇ ਆ ਉਹ ਉਨਾਂ ਕੀ ਵਿਚਾਰੇ ਬੋਲਦੇ ਆ ਗੁਰੂ ਘਰਾਂ ਚ ਵੀ ਇਦਾਂ ਹੀ ਆ ਉਹ ਪੁੱਛਿੰਨੇ ਪਰਿਆਰਕ ਨੂੰ ਦਾ ਦਿੰਦੇ ਆ ਵੀ ਇੱਥੇ ਆਹ ਬੋਲਣਾ ਭਾਈ ਸਾਡੀ ਆ ਸੋਚ ਆ ਜਿਹਨਾਂ ਨੂੰ ਪੈਸੇ ਬਣਾਉਣੇ ਉਹ ਤਾਂ ਕਹਿੰਦੇ ਚਲਾ ਦਿਖਾ ਲੋ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਪਰ ਜਿਹੜੇ ਥੋੜੀ ਜਿਹਾ ਦਲੇਰ ਆ ਉਹ ਕਹਿੰਦੇ ਨੋ ਅਸੀਂ ਤੇ ਆਡੇ ਗੁਲਾਮ ਨਹੀਂਗੇ ਅਸੀਂ ਨਹੀਂ ਇਦਾਂ ਕਰਨਾ ਇੱਥੇ ਸਾਡੇ 65 ਡਲ ਚ ਸੰਤ ਮਸਕੀਨ ਸਿੰਘ ਆਉਂਦੇ ਹੁੰਦੇ ਸਾਡੇ ਜਿਹੜਾ ਮੇਨ ਗੁਰਦੁਆਰਾ ਆ ਰੈਂਟ ਨੂੰ ਗੁਰੂ ਸਿੰਘ ਸਭਾ ਉਹ ਥੋੜੀ ਜਿਹਾ ਕਟੜ ਸਿਆਲਾਂ ਦੇ ਆ ਉਹਨਾਂ ਨੂੰ ਹੁੰਦਾ ਵੀ ਇਦਾਂ ਬੋਲਣਾ ਉਹ ਕਹਿੰਦੇ ਨੋ ਮੈਂ ਨਹੀਂ ਇਦਾਂ ਬੋਲਦਾ ਉਹ ਫਿਰ ਇੱਥੇ ਸੱਚਾ ਮਾਰ ਗਿਆ ਉੱਥੇ ਉੱਥੇ ਬੋਲਦੇ ਹੁੰਦੇ ਕੱਲ ਇੱਥੇ ਲੰਡਨ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਕੱਲ ਸਾਡਾ ਮਰਾਕ ਉਹ ਕੱਲੋਂ ਦੋਸਤ ਕਹ ਲਓ ਜਾਂ ਸੰਗ ਚ ਆਉਂਦਾ ਮੁੰਡਾ ਬਲਜੀਤ ਢਿੱਲੋਂ ਉਹਦੇ ਫਾਦਰ ਦੀ ਡੈਥ ਹੋ ਗਈ ਸੁਵੇਕ ਸਿੰਘ ਤਾਂ ਕੱਲ ਉਹਦਾ ਫਿਊਨਲ ਹੈਗਾ ਸੱਚੇ ਅਸੀਂ ਉੱਥੇ ਗਏ ਭਾਈ ਗਪਾਲ ਮੇਰੇ ਨਾਲ ਸੀ ਉਹਨਾਂ ਦੀ ਵਾਈਬ ਸੀ ਫਿਰ ਉਥੋਂ ਕਿੱਦਿ ਜਾਈ ਸੀ ਕੋਬਟ ਕਰਕੇ ਥੋੜਾ ਸਾਹ ਵੇਦਾ ਸੀ ਇੱਕ ਕੰਸ਼ੂਟ ਆ ਜਾਂ ਟਾਉਂਦੇ ਆ ਗੁਰਦੁਆਰਾ ਮੀਡੀਅਮ ਸਾਈਜ਼ ਆ ਪਰ ਉਥੇ ਜਾਂਦੇ ਹੀ ਇੰਨਾ ਆਨੰਦ ਆਇਆ ਡਿਫਰੈਂਟ ਲੱਗਾ ਜਿੱਦਾਂ ਇੱਕ ਸਾਧੂਆਂ ਦੀ ਕੁਟੀਆਂ ਹੁੰਦੀ ਆ ਇੰਨੀ ਸ਼ਾਂਤੀ ਸੁਖ ਆਨ ਚਲੋ ਉਥੇ ਟਾਈਮ ਲਾਇਆ ਮੈਂ 10-15 ਮਿੰਟ ਬੁੱਧ ਲੈਣਾ ਸੀ ਭਾਈ ਸਾਹਿਬ ਦੇ ਜੀਵਨ ਤੇ ਉਹ ਭਾਈ ਸਾਹਿਬ ਵੀ ਬਹੁਤ ਬੰਦਗੀ ਕਰਦੇ ਹੁੰਦੇ ਸੀ ਇੱਥੇ ਵੀ ਗੁਰੂ ਘਰ ਵੀ ਰਹਿ ਕੇ ਸੇਵਾ ਕੀਤੀ ਐ ਉਹਨੇ ਵੀ ਫੋਨ ਕਰ ਦੇਣਾ ਭਾਜੀ ਆ ਜਾਓ ਥੋੜੀ ਪ੍ਰੋਖਾਨੀਅਤ ਦੀ ਦਾ ਪ੍ਰਸ਼ਾਦ ਦਾ ਵੀ ਸ਼ੱਕ ਲਈਏ ਤੇ ਕੋਈ ਰੱਬੀ ਗੱਲ ਕਰ ਲਈਏ ਜਦੋਂ ਮੈਂ ਆ ਜਾਣਾ ਉਹਨਾਂ ਦੇ ਘਰੋਂ ਵੀ ਭੈਣੋ ਕੀ ਬਹੁਤ ਸੀ ਤਾਂ ਸਾਰਾ ਸਾਰੀ ਉਮਰ ਉਹਨੇ ਵਧੀਆ ਕੀਤਾ ਇਹਨਾਂ ਨੂੰ ਵੀ ਮੈਨਦੇ ਸਿਗਾ ਬੜਾ ਪ੍ਰੇਮ ਸਿਗਾ ਉੱਥੇ ਵੀ ਬਿਲਕੁਲ ਰਿਸੀਪੇ ਉੱਥੇ ਚੱਲ ਗਿਆ ਉੱਥੇ ਵੀ ਗੁਰੂ ਘਰ ਵਾਲੇ ਦੱਸਦੇ ਕਿੰਨੇ ਬਹੁਤ ਪ੍ਰੇਮ ਨਾਲ ਇੱਥੇ ਵੀ ਸੀਗੇ ਤੋ 10 15 ਮਿੰਟ ਲਾਇਆ ਤਾਂ ਉੱਥੇ ਦੇ ਕਾਫੀ ਜਿਹੜੇ ਮੇਨ ਸੇਵਾਦਾਰ ਸੀ ਚਾਰ ਪੰਜ ਉਹ ਪ੍ਰਧਾਨ ਬਾਰੋਬਾਰੀ ਜਿਹੜੇ ਬਣਦੇ ਆ ਉਹ ਉਹ ਰੁੱਕ ਗਿਆ ਕਹਿੰਦੇ ਭਾਈ ਸਾਹਿਬ ਇਹ ਸੰਨ ਬਹੁਤ ਚੰਗਾ ਲੱਗਾ ਕਿਉਂਕਿ ਉਹ ਥੋੜਾ ਕਨੀਸ਼ੇ ਵਕਾਰ ਕੇ ਬਿਲੇ ਤੱਕ ਤਾਂ ਕਹਿੰਦਾ ਇਹ ਰੂਡੂ ਜੀ ਆ ਕੌਣ ਹੈ ਜਦੋਂ ਬੋਲਿਓ ਕਹਿੰਦੇ ਯਾਰ ਬੜੀ ਕਿਰਪਾ ਹੈ ਮੈਂ ਕਿਹਾ ਭਈ ਕਿਰਪਾ ਮੈਨੂੰ ਇਸ ਗੁਰੂ ਘਰ ਵੀ ਬਹੁਤ ਕਿਰਪਾ ਲੱਗੀ ਹੈ ਤੇ ਤੁਹਾਡਾ ਜਰੂਰ ਇੱਥੇ ਪਿਆਰ ਸਵਾਗਤ ਹੋਊਗਾ ਤਾਂ ਹੀ ਰੱਬੀ ਕਿਰਪਾ ਉਹ ਕਹਿੰਦੇ ਹਾਂ ਜੀ ਸਨ ਹੋਰ ਵੀ ਕਈ ਆਣ ਕੇ ਕਹਿੰਦੇ ਆ ਕਹਿੰਦੇ ਕਈ ਵਾਰੀ ਸੀ ਆਹ ਬਾਰੋ-ਬਾਰੀ ਸੀ ਬੰਦੇ ਆ ਸਵਾਲ ਬਾਤ ਕਰਨੇ ਚਾਹ ਤੂੰ ਬਣ ਅਸੀਂ ਤੱਕੇ ਨਾ ਬਣਾਉਨੇ ਇੱਕ ਦੂਜੇ ਨੂੰ ਫਿਰ ਤੂੰ ਐਤ ਕੀ ਸੇਵਾ ਤੈਨੂੰ ਪ੍ਰਦਾਨ ਦੀ ਕਰਨੀ ਪੈਣੀ ਹੈ ਨਹੀਂ ਤਾਂ ਗੁਰੂ ਘਰ ਨਾਲ ਹੀ ਤਾਂ ਲਾਠੀਆਂ ਕ੍ਰਪਾਨਾਂ ਚਲਦੀਆਂ ਪ੍ਰਦਾਨਗੀ ਲਈ ਉੱਥੇ ਸੇਵਾ ਉਹ ਕਰਤੇ ਆ ਜਿੱਥੇ ਪਿਆਰ ਥਵਾ ਗਿਆ ਉੱਥੇ ਰੱਬੀ ਕਰ ਪਾਇਆ ਤਾਂ ਕਈ ਗੁਰੂ ਘਰੀ ਜਾਵੋ ਤੁਸੀਂ ਦੇਖ ਕੇ ਤੁਹਾਡਾ ਹੋਰ ਹੀ ਤਰ੍ਹਾਂ ਹੋ ਜਾਂਦਾ ਬਈ ਯਾਰ ਇਹ ਹੋਰ ਹੀ ਜਿਗਾਰ ਜਾਂ ਬੱਦੀ ਫਿਰਦੇ ਆ ਪਾਈਆਂ ਕਿਰਪਾ ਨਹੀਂ ਆ ਵੀ ਇਹ ਯਾਰ ਕਿੱਥੇ ਆ ਗਏ ਆ ਹੈ ਨਾ ਠਾਢਿਆ ਉਹ ਓਵਰ ਆਈ ਡਿਫਰੈਂਟ ਹੋ ਜਾਂਦਾ ਆ ਜਿੱਥੇ ਪਿਆਰ ਥਵਾ ਕੇ ਆ ਉੱਥੇ ਜਾਂਦਿਆਂ ਨੂੰ ਤੁਹਾਡੇ ਠੰਡ ਪੈਣ ਲਾ ਪੈਂਦੀ ਆ ਤੋ ਪ੍ਰਸ਼ਾਦਾ ਸ਼ੱਕ ਕਿ ਆਉਣਾ ਸੀ ਉਹ ਬਾਅਦ ਚੋ ਕਿਤੇ ਮੈਨੂੰ ਜਾਣ ਦੇ ਵੀ ਸੀਗੇ ਲੇਕਿਨ ਉਹ ਕਹਿੰਦੇ ਤੁਸੀਂ ਦੇਵ ਉਠੀ ਆ ਨਾ ਮੈਂ ਕਹਿੰਦੇ ਹਾਂਜੀ ਕਹਿੰਦੇ ਦੇਵ ਉਠੀ ਕਰਕੇ ਤੁਹਾਨੂੰ ਸਾਰੇ ਜਾਣਦੇ ਮੈਂ ਕਿਹਾ ਹਾਂਜੀ ਫਿਰ ਉਹ ਆਪਣਾ ਦੱਸਣਾ ਪਿਓ ਮਿੰਦਰ ਸਿੰਘ ਸਗਾ ਹੋਰ ਉੱਥੇ ਸਾਰੇ ਜਿੰਨੇ ਕਹਿੰਦੇ ਉਹਨਾਂ ਦੂਜਿਆਂ ਨੂੰ ਵੀ ਵਾਜੇ ਮਾਰ ਲਿਆ ਕਹਿੰਦੇ ਆ ਜਾਓ ਉਚਾਰ ਕਰਨ ਤੋਂ ਪਹਿਲਾਂ ਪਹਿਲਾਂ ਦੀਆਂ ਗੱਲਾਂ ਕਰਦੇ ਸੀ ਇੱਦਾਂ ਇੱਦਾਂ ਤੇ ਕਹਿੰਦੇ ਉਹੀ ਆ ਫਿਰ ਅਸੀਂ ਮੇਰੇ ਘਰ ਸ਼ਾਮ ਦੇ 7 ਵਜੇ ਦੇ ਉੱਥੇ ਬੈਠੇ ਰਹੇ ਪਰਮਾਤਮਾ ਦੀਆਂ ਗੱਲਾਂ ਚੱਲੀਆਂ ਉੱਥੇ ਵੀ ਸੱਚੋ ਮਸਕੀਨ ਜੀ ਤੋਂ ਗੱਲ ਆ ਗਈ ਉੱਥੇ ਕਹਿੰਦੇ ਮਸਕੀਨ ਜੀ ਇੱਥੇ ਸੱਚੇ ਮਾਰਗ ਸੀ ਉੱਥੋਂ ਅਸੀਂ ਬੇਨਤੀ ਕੀਤੀ ਜੀ ਸਾਡੇ ਇੱਥੇ ਆਜੋ ਕਥਾ ਕਰੋ ਕਹਿੰਦੇ ਜਰੂਰ ਅਸੀਂ ਉੱਥੇ ਆ ਗਏ ਕਹਿੰਦੇ ਸਾਨੂੰ ਤੁਹਾਡੇ ਰੈਂਟ ਨਾਲ ਦੋ ਵੀ ਥ੍ਰੈਟ ਮਿਲੇ ਬੈਂਕ ਕੋਲੋਂ ਵੀ ਮਲੇ ਵੀ ਮਸਕੀਨ ਸਾਭ ਨੂੰ ਇੱਥੇ ਕਥਾ ਨਹੀਂ ਕਰਨ ਦੇਣੀ ਤਾਂ ਉਹ ਕਹਿੰਨੇ ਕਿਉਂ ਨਹੀਂ ਕਰਨ ਦੇਣੀ ਕਹਿੰਦੇ ਨਹੀਂ ਜੀ ਇਹਨਾਂ ਤੇ ਆਹ ਪਤਾ ਨਹੀਂ ਆ ਸ਼ਬਦ ਦਾ ਕੁਝ ਨਹੀਂ ਗਲਤ ਹੋ ਗਿਆ ਸਰੀ ਜਿਹੜਾ ਹਕੂਮਾ ਆਇਆ ਆ ਜਦੋਂ ਉਹਨੇ ਪੰਗਾ ਪਾਇਆ ਸੀ ਕਟੜਾ ਨੇ ਆਪ 10 ਸਾਲ ਉੱਥੇ ਰਹਿ ਗੁਰੂ ਘਰ ਚ ਉਦੋਂ ਚਿਹਰਾ ਦਾ ਕੋਈ ਰੌਲਾ ਨਹੀਂ ਸੀ ਜਦੋਂ ਹਰਗੱਲ ਚਿਹਰਾ ਦਾ ਰੌਲਾ ਪਾ ਲਿਆ ਵੀ ਨਹੀਂ ਜੀ ਥੱਲੇ ਬਹਿ ਕੇ ਛਕਣਾ ਪ੍ਰਸ਼ਾਦਾ ਉਦੋਂ ਭਾਈ ਰਣਜੀਤ ਸਿੰਘ ਸਗਾ ਉਹਨੂੰ ਉਹਨਾਂ ਤੋਂ ਹਕੂਮਾ ਆਈ ਡੋਨਟ ਨੋ ਉਹ ਤਾਂ ਉਹਨੇ ਮੈਨੂੰ ਦੱਸਿਆ ਪਿਆ ਸਾਰਿਆਂ ਨੂੰ ਪਤਾ ਵੀ ਆ ਥੋੜਾ ਬੜਾ ਵੀ ਉੱਥੇ ਜਿਹੜੇ ਸਾਰੀ ਚ ਕਟੜ ਸੀਗੇ ਮੈਂ ਨਾ ਆਨਲੈਂਡ ਵੀ ਕੋਈ ਹਰਜ ਨਹੀਂਗਾ ਮੈਂ ਇਦਾਂ ਦਾ ਨਹੀਂਗਾ ਉੱਥੇ ਉਹ ਜਗਤਾਰ ਸਿੰਘ ਕਹਿੰਦੇ ਸੰਧੂ ਆ ਗਿਆ ਬਹਾਦਰ ਉਹਦਾ ਛੋਟਾ ਪ੍ਰਸਤ ਦਾ ਅਗਰਿਆ ਉਹ ਆ ਗਿਆ ਹੋਰ ਦੋ ਚਾਰ ਆ ਗਏ ਤੇ ਤੁਮੀ ਆ ਗਿਆ ਇਹੀ ਕਹਿੰਦੇ ਸੀ ਕਿ ਆ ਵੀ ਦੇਖੋ ਇਹ ਡੈਮੋਕਰੇਸੀ ਆ ਤੁਹਾਨੂੰ ਹੱਕ ਆ ਤੁਸੀਂ ਬਾਹਰ ਟੈਕਸੀਆਂ ਲੈ ਕੇ ਖੜ ਸਕਦੇ ਆ ਇਹ ਗਲਤ ਬੰਦਾ ਜਾਂ ਜੋ ਵੀ ਹੈ ਪਰ ਅੰਦਰ ਨਹੀਂ ਤੁਸੀਂ ਆ ਸਕਦੇ ਕਹਿੰਦੇ ਅਸੀਂ ਵੀ ਤਿਆਰੀ ਪੂਰੀ ਫੜ ਲਈ ਤੇ ਇਹ ਕੀ ਹੈਗੀ ਹੈ ਪਈ ਹੈ ਨਾ ਜੋੜਾ ਜਿਹਾ ਰਮੀ ਪਈ। ਸੰਤ ਤੁਸੀਂ ਕਰਨੀ ਹੈ ਗੱਲ ਕਰ ਲੋ। ਤਾਂ ਕਹਿੰਦੇ ਕਥਾ ਹੋਈ ਤਾਂ ਉਹ ਕਹਿੰਦੇ ਪਈ ਅਸੀਂ ਗੱਲ ਕਰਨੀ ਹੈ। ਸੰਤ ਮਸਕੀਨ ਸਿੰਘ ਨਾ। ਸੰਤ ਸਿੰਘ ਨਾ ਮਸਕੀਨ। ਤਾਂ ਅਸੀਂ ਕਹਿੰਦੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਜਾਓ ਗੱਲ ਕਰਨੀ ਚਾਹੀਦੀ ਹੈ ਵਿਚਾਰ ਹੋਣੇ ਚਾਹੀਦੇ ਮੈਨੂੰ ਕੋਈ ਕੋ ਡਰ ਨਹੀਂ ਮੈਂ ਖੁੱਲਕੇ ਕਰੂੰਗਾ। ਤਾਂ ਉਹਨੇ ਲੈ ਆਂਦੇ। ਲੈ ਕੇ ਉਹ ਨਹੀਂ ਪਹਿਲਾਂ ਤਾਂ ਕੋਈ ਕਲਿੱਪ ਕੱਢੀ ਸੀਗੀ ਤੋਕਦੀ ਉਹ ਉਹ ਕਹਿੰਦੇ ਪਹਿਲਾਂ ਤੁਸੀਂ ਗੱਲਾਂ ਕਰ ਲਓ ਤੇ ਵਿੱਚ ਨੀ ਚੰਗਾ ਲੱਗਦਾ ਫਿਰ ਮੈਂ ਆਨਸਰ ਦਵਾਂਗਾ ਉਹ ਕੀਤੀ ਦੂਜੀ ਜੀਤੀ ਸੀ ਕਹਿੰਦੇ ਖੋਪਨਾਮਾ ਸਾਹਿਬ ਨੂੰ ਮੰਨਦੇ ਆ ਕੱਲ ਉਹ ਕਹਿੰਦੇ ਸਾਰਾ ਜਗ ਮੰਨਦਾ ਤੇ ਕਹਿੰਦੇ ਫਿਰ ਜਿਹੜਾ ਖੋਪਨਾਮਾ ਹੋਣ ਉਥੋਂ ਕਾਲਤਾਖ ਸਾਹਿਬ ਤੋਂ ਆਇਆ ਉਹ ਤੇ ਉਹ ਨਹੀਂ ਗਿਆ ਬਚੇਰਾ ਤੇ ਬਹਿ ਕੇ ਨਹੀਂ ਛਕਣਾ ਤੇ ਇੱਥੇ ਅੱਧੀਆਂ ਨਹੀਂ ਜਿਹੜਾ ਆਖੀਆਂ ਅੱਧੇ ਥੱਲੇ ਰੱਖਿਆ ਆ ਤਾਂ ਫੇ ਇਹ ਤਦ ਖੋਪਨਾਮਾ ਸਾਹਿਬ ਹੋਰ ਵੀ ਦੋ ਚਾਰ ਗੱਲਾਂ ਸੀ ਕਹਿੰਦੇ ਹੋਰ ਕਰ ਲ ਮੈਂ ਬਾਅਦ ਚਾਂਸਰ ਦੂੰਗਾ ਦੇ ਕੇ ਤਾਂ ਕਹਿੰਦੇ ਉਹ ਕਹਿੰਦੇ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕਲਿੱਪ ਕੱਢੀ ਆ ਉਹ ਉਨੀ ਕ ਲੈ ਲਈਏ ਪੂਰਾ ਸ਼ਬਦ ਕਰੋ ਦਾ ਫੇ ਆ ਫਿਰ ਨਹੀਂ ਪੂਰਾ ਸ਼ਬਦ ਬੋਲ ਕੇ ਦੱਸਿਆ ਫੇ ਇਹਦਾ ਆ ਆ ਤੁਸੀਂ ਇੱਕ ਲੈ ਲੈਨੇ ਆ ਜਿੱਦਾਂ ਉਹ ਆਪਣੇ ਨਹੀਂ ਬਾਣੀ ਚ ਇੱਕ ਸ਼ਬਦ ਉਹਦਾ ਹੁੰਦਾ ਆ ਕੇਤੇ ਲੈ ਲੈ ਮੁਕਰ ਪਾਹੇ ਉਹ ਚਲੋ 10ਵੇਂ ਪਾਸ਼ਾ ਦੇ ਟਾਮਿਆਂ ਪੇ ਸੁਤਰੇ ਸ਼ਾ ਸਮਝਣ ਲਈ ਇਹ ਦਸਾਖੀ ਬਣਾਈ ਹੁੰਦੀ ਆ ਵੀ ਉਹ ਬਾਰੋਂ ਮਠਿਆਈਆਂ ਖਾ ਲੈਣੀਆਂ ਹੋਰ ਖਾ ਲੈਣੀਆਂ ਹੋਰ ਵੀ ਕਈ ਸਾਖੀਆਂ ਹੈਗੀਆਂ ਤੇ ਉਹ ਪੈਸੇ ਦਿੱਤੇ ਨਾ ਤੁਗਨੇ ਪੈਸੇ ਨਹੀਂ ਦਿੰਦਾ ਗਿੰਦੇ ਬਾਣੀ ਚ ਲਿਖਿਆ ਕਿ ਤੇ ਲੈ ਲੈ ਮੁਕਰ ਪਾਹੇ ਉਹਨੇ ਮਹਾਰਾਜ ਨੂੰ ਦੱਸਤਾ ਵੀ ਮਹਾਰਾਜ ਇਹ ਤੇ ਆਦਾ ਬੰਦਾ ਖਾ ਖੂ ਕੇ ਤਾਂ ਕਹਿੰਦਾ ਕਿ ਤੇ ਲੈ ਲੈ ਮੁਕਰ ਪਾਹੇ ਮੈਂ ਮੁਕਰਣਾ ਆ ਮਹਾਰਾਜ ਇਹਦੇ ਹੋਰੇ ਆ ਜਤੇ ਮੈਂ ਮਕਰਉਣਾ ਕਹਿੰਦੇ ਤੇ ਕਹਿੰਦੇ ਅਗਲੀ ਵੀ ਪੜ ਕਿ ਤੇ ਮੂਰਖਾਈ ਖਾਏ ਤੇ ਉਹਨਾਂ ਦੇ ਮੂੰਹ ਤੇ ਛਿੱਤਰ ਵੀ ਪੈਂਦੇ ਆ ਕਿੰਦੇ ਜੀ ਮਤਲਬ ਜੋਗਾ ਹੀ ਆਪਾਂ ਤਾਂ ਪੜਦੇ ਹੁੰਨੇ ਆ ਜਨ ਕਿ ਸਾਨੂੰ ਦੱਸਣੂ ਕਈ ਵਾਰੀ ਅਸੀਂ ਆਪਣੇ ਮਤਲਬ ਜੋਗਾ ਹੀ ਪੜਦੇ ਆ ਦਾ ਨਹੀਂ ਪੜਦੇ ਫੇਉ ਦਵਾ ਦੋਨੀ ਹੁਕਮਨਾਮਾ ਸਾਹਬ ਦਾ ਕਾਲਿਆ ਇਹਦਾ ਹੁਕਮਨਾਮਾ ਨਾ ਕਿੰਨੇ ਨੀਕੂਲੇ ਜੋ ਪੇਪਰ ਕੱਢਿਆ ਹੁਕਮਨਾਮੇ ਦਾ ਇਹਨਾਂ ਤੇ ਆਡੀ ਸਾਈਨ ਹੋਇਓ ਨਾ ਚਿੱਠੀ ਤੇ ਉਹ ਕਹਿੰਦੇ ਵਿਫਾਸ ਗਿਆ ਕਿੰਨੇ ਸਾਈਨ ਕੀਤੇ ਨਾ ਤੇ ਆ ਹੁਕਮਾਂ ਜਾਰੀ ਕਰਾਉਣਾ ਦ ਪਲਾਨ ਤੇ ਹਪਲਾਰਟ ਵੀ ਤੁਸੀਂ ਲੈ ਕੇ ਦਿੱਤਾ ਤੇ 7 ਲੱਖ ਰੁਪਈਆ ਵੀ ਭੇਜਿਆ ਆ ਵੀ ਪ੍ਰੂਫ ਹੈ ਮੇਰ ਕੋ ਹਕੂਨਾ ਮੈਂ ਦੰਦੇ ਆ ਐਸੀ ਦੇਖ ਹਕੂਨਾ ਮੈਂ ਹੰਦੇ ਆ ਇਹ ਤਾਂ ਉਹ ਜਿਹੜੇ ਮਹਾਰਾਜ ਨੇ ਜਿਹੜਾ ਕਿਹਾ ਕਾਬੀ ਕੂੜ ਬੋਲਮਲ ਖਾਏ ਹਨ ਨਹੀਂ ਪੈਸੇ ਲੈ ਕੇ ਵੱਡੀ ਦੇਣ ਵਾਲੀ ਗੱਲ ਆ ਫਤਵੇ ਲਾਉਂਦੇ ਸੀਗੇ ਫਿਰ ਨੀਵੀਂ ਪਾ ਕੇ ਉੱਠ ਕੇ ਚੱਲ ਗਿਆ ਕਿਉਂਕਿ ਉੱਠ ਕੇ ਜਾਣਾ ਹੀ ਹੁੰਦਾ ਆ ਇਹਨਾਂ ਲੋਕਾਂ ਨੇ ਕਿਉਂ ਗਿਆ ਨਹੀਂ ਹੈ ਨੀਗਾ ਮੈਂ ਤਾਂ ਕਹਿਣਾ ਇਹ ਸੰਤ ਸਿੰਘ ਮਸਕੀਨ ਉਹ ਵੀ ਦਲੇਰੀ ਨਾਲ ਬੋਲਦੇ ਸਕੇ ਹੁਣ ਮੈਂ ਭਾਈ ਪਿੰਦਰਪਾਲ ਸਿੰਘ ਉਹ ਵੀ ਦਲੇਰੀ ਨਾਲ ਬੋਲਦੇ ਆ ਇੱਥੇ ਉਹ ਵੀ ਮੇਰੇ ਖਿਆਲ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਰਹਿਣ ਇੱਥੇ ਸਾਡੇ ਸੱਟ ਰੈਂਟ ਨਾਲੇ ਸਾਡੇ ਵੀ ਵੀ ਆ ਇਹਦਾ ਆ ਦਿਓ ਜੀ ਸਪਸ਼ਟੀ ਕਰਨਾ ਇਹ ਤਾਂ ਦਿਓ ਕਹਿੰਦੇ ਯਾਰ ਤੁਸੀਂ ਅਕਾਲ ਦਾਖ ਦੇ ਜ਼ਥੇਦਾਰ ਆ ਤੇ ਤੁਹਾਨੂੰ ਮੈਂ ਸਪਸ਼ਟੀ ਕਰਨ ਦੇਵਾਂ ਤੁਸੀਂ ਅਕਾਲ ਤੱਕ ਸਾਬਤ ਕਿ ਗੱਲ ਕਰੋ ਉਹ ਮੈਂ ਸਿੱਧਣ ਮੈਂ ਉੱਥੇ ਜਾਊਂ ਉਹਨਾਂ ਨੂੰ ਸਪਸ਼ਟ ਕਰਨ ਨੂੰ ਤੁਹਾਨੂੰ ਮੈਂ ਕਹ ਦੇ ਦਊਂ ਉਹਨੇ ਵੀ ਨਹੀਂ ਅੱਛੇ ਕਰ ਸਕੀ ਤੇ ਉਹ ਵੀ ਸੱਚੇ ਮਾਰਗ ਜਾ ਕੇ ਉਹ ਨਹੀਂ ਕੀਤੀ ਇੱਕ ਆਪਣੇ ਭਾਈ ਜਸਵੀਰ ਸਿੰਘ ਆ ਪੌਂਟਾ ਸਾਹਿਬ ਵਾਲੇ ਮੈਂ ਉਹਨਾਂ ਦੀ ਵੀ ਕਥਾ ਸੁਣਦੀ ਉਹ ਵੀ ਬਹੁਤ ਦਲੇਰੀ ਨਾਲ ਬੋਲਦੇ ਆ ਉਹ ਕਹਿੰਦੇ ਆ ਵੀ ਬੜੀ ਸੋਹਣੀ ਉਹਨੇ ਗੱਲ ਕਹੀ ਕਹਿੰਦੇ ਇੱਕ ਤਨੇ ਸ਼ਾਰਦਾ ਬਾਦਲ ਭਾਪੇ ਨੇ 에ਰਪੋਰਟ ਹੈ ਜਾਂ ਕੋਈ ਸ਼ਹਿਰ ਹੋਊਗਾ ਕਹਿੰਦਾ ਅਸੀਂ ਉੱਥੇ ਗਏ ਮੇਰਾ ਜਥਾ ਵੀ ਕਹਿੰਦੇ ਨਾਲ ਹੀ ਸੀ ਕਥਾ ਕੀ ਉਹ ਦੱਸਦੇ ਗੱਲ ਕਰਦੇ ਤੇ ਉਥੇ ਕਹਿੰਦੇ ਮੇਰਾ ਪਰਿਵਾਰ ਵੀ ਨਾਲ ਹੀ ਸੀ ਚਲੋ ਮੁਸਲਮਾਨਾਂ ਦੀ ਉਹਨਾਂ ਦੀ ਆਪਣਾ ਪੰਜ ਟਾਈਮ ਦੀ ਨਮਾਜ਼ ਆ ਉਹਨਾਂ ਦਾ ਨਵਾਜ਼ ਦਾ ਟਾਈਮ ਹੋ ਗਿਆ ਤੂੰ ਨੇ ਉਹ ਸਫਾ ਬਿਚਾ ਕੇ ਮਸੱਲਾ ਤੂੰ ਤੇ ਨਵਾਜ਼ ਕਰਨ ਲੱਗੇ ਤੇ ਕਹਿੰਦੇ ਮੈਂ ਆਪਣੇ ਜਥੇ ਨੂੰ ਪਰਿਵਾਰ ਨੂੰ ਕਿਹਾ ਵੀ ਖੜੇ ਹੋ ਜਾਓ ਪ੍ਰੇਧ ਵਿੱਚ ਤੂੰ ਕਹਿੰਦੇ ਕਾ ਤੇ ਇਹ ਤਾਂ ਮੁਸਲਮਾਨਾਂ ਦੀ ਹੈ ਤੂੰ ਕਹਿੰਦੇ ਪੀ ਪਰਮਾਤਮਾ ਦੀ ਵਾਦ ਤੇ ਪਰਮਾਤਮਾ ਦੀ ਅਰਦਾਸ ਕਰ ਰਿਹਾ ਕਹਿੰਦੇ ਜਦੋਂ ਆਪਣੇ ਅਰਦਾਸ ਹੁੰਦੀ ਹੈ ਗੁਰੂ ਘਰ ਜੇ ਉੱਥੇ ਕੋਈ ਤੁਰਾ ਫਿਰੇ ਤਾਂ ਫਿਰ ਆਪਾਂ ਨੂੰ ਕਿੰਨਾ ਕੁ ਚੰਗਾ ਲੱਗਦਾ ਆਪਾਂ ਕਹਿੰਦਾ ਨੇ ਬੇਵਕੂਫ ਬੰਦਾ ਇਹਨੂੰ ਇਹ ਨਹੀਂ ਪਤਾ ਵੀ ਅਰਦਾਸ ਹੁੰਦੀ ਆ ਮੈਂ ਟੱਕ ਕੇ ਸੋਣਾ ਤੇ ਕਹਿੰਦੇ ਉਹਨਾਂ ਦੀ ਵੀ ਇਹੀ ਅਰਦਾਸ ਆ ਸਾਡਾ ਕੀ ਹੈ ਹੱਕ ਆ ਵੀ ਉਹਨਾਂ ਦੀ ਅਰਦਾਸ ਨੂੰ ਅਸੀਂ ਇਗਨੋਰ ਕਰ ਜਾਈਏ ਉਹ ਵੀ ਰੱਬ ਦੀ ਪ੍ਰੇਅ ਕਰਦੇ ਆ ਕਹਿੰਦੇ ਫਿਰ ਸਾਰੇ ਖੜ ਗਏ ਇੱਕ ਹਰੁਨੀ ਬਹੁਤ ਸੋਣੀ ਗੱਲ ਕਹੀ ਆ ਉਹ ਕਹਿੰਦੇ ਜੇ ਸਾਡੇ ਗੁਰੂ ਘਰ ਕੋਈ ਆ ਜਾਵੇ ਹੋਰ ਮਤ ਦਾ Hindu ਮਤ ਦਾ Islam ਦਾ Buddhist Christian ਕੋਈ ਵੀ ਆ ਜਾਵੇ ਉਹਨਾਂ ਕੇ ਕੀਰਤਨ ਸੁਣੇ ਕਥਾ ਸੁਣੇ ਉਹ ਕਹਿੰਦਾ ਵੀ ਆਨੰਦ ਆ ਗਿਆ ਤੇ ਅਸੀਂ ਕਹਿੰਦੇ ਆ ਵੀ ਇਹ ਦਾ ਇਹਨੂੰ ਅਕਲ ਲੱਗੀ ਹੈ ਨਾ ਨਹੀਂ ਵੀ ਸਹੀ ਥਾਂ ਆ ਗਿਆ ਤੇ ਕਹਿੰਦੇ ਜੇ ਸਾਡਾ ਕੋਈ ਸਿੱਖ ਕਿਤੇ ਹੋਰ ਜਾ ਕੇ ਚਲ ਜਵੇ ਕਿਤੇ ਮੰਦਰ ਤੇ ਚਲ ਜਵੇ ਜਾਂ ਕਿਸੇ ਮਸਜਿਦ ਤੇ ਜਾਂ ਕਿਤੇ ਸੂਫੀ ਜਾਂ ਕਿਤੇ ਹੋਰ ਚਰਚ ਤੇ ਚਲ ਜਵੇ ਤੇ ਕਹਿੰਦੇ ਉਹਨਾਂ ਗਿਆ ਅਖਬਾਰਾਂ 'ਚ ਫੋਟੋ ਪਾ ਦੇਣਗੇ ਵੀ ਆਹ ਦੇਖੋ ਸਰਦਾਰਜੀ ਦਾ ਦਿਮਾਗ ਖਰਾਬ ਹੋ ਗਿਆ ਪੇਗਾਤਰਪ ਆਇਆ ਹੈ ਤੇ ਇਹ ਹੋਰ ਪਾਸੇ ਤੁਰ ਰਿਹਾ ਹੈ ਕਹਿੰਦੇ ਕੀ ਗੱਲ ਜੇ ਸਾਡੇ ਆਉਂਦੇ ਆ ਤੇ ਕਹਿੰਦੇ ਇਹਨਾਂ ਨੂੰ ਅਕਲ ਆ ਗਈ ਜੇ ਸਾਡਾ ਅਗਦੇ ਚਲ ਜਵੇ ਕੋਈ ਦੁਆਇਤ ਰਹਿ ਤਿਆ ਤੇ ਕਹਿੰਦੇ ਇਹ ਤਾਂ ਦਿਮਾਗ ਖਰਾਬ ਹੋ ਗਿਆ ਮਗਨ ਜੇ ਵੀ ਗੱਲ ਚੰਗੀ ਨਹੀਂ ਜਿੱਦਾਂ ਕੋਈ ਸਾਡੇ ਆ ਕੇ ਸਾਨੂੰ ਚੰਗਾ ਲੱਗਦਾ ਆ ਇਦਾਂ ਜੇ ਅਸੀਂ ਵੀ ਕਿਤੇ ਚੱਲ ਗਏ ਕਿਸੇ ਦਾ ਮਾਣ ਰੱਖਣ ਲਈ ਚੱਲ ਗਏ ਤਾਂ ਗੁੱਡ ਬੈਗ ਨਹੀਂ ਹੁਣ ਜੇ ਮੈਂ ਆਪਣੀ ਥੋੜੀ ਜੀ ਗੱਲ ਕਰਾਂ ਚਲੋ ਹੁਣ ਇਹ ਵੀ ਚਲੋ ਦਸਵੇਂ ਪਾਛੇ ਪਹਿਲਾਂ ਮੈਂ ਇਹ ਥੋੜੀ ਜੀ ਕਰ ਲਵਾਂ ਇਹ ਤੇ ਫੇ ਅਗਲੇ ਪੀੜ੍ਹ ਜੇ ਤੇ ਮੈਂ ਆਪਾਂ ਆਉਂਗਾ ਦਸਵੇਂ ਪਾਛੇ ਮਾਰੇ ਵੀ ਇਹੀ ਕਹਿੰਦੇ ਆ ਉਹ ਕਹਿੰਦੇ ਦੁਰਾ ਹੀ ਮਸੀਤ ਉਹੀ ਪੂਜਾ ਹੀ ਨਮਾਜ਼ ਉਹੀ ਕਹਿੰਦੇ ਮੰਦਿਰ ਵੀ ਇੱਕੋ ਗੱਲ ਇਹ ਰੱਬ ਦੀ ਵਾਦ ਦਾ ਹੈ ਮਸਜਿਦ ਦੀ ਉਹੀ ਆ ਉਹ ਪੂਜਾ ਕਰਦੇ ਆ ਉਹਨਾਂ ਦਾ ਤਰੀਕਾ ਉਹ ਆ ਉਹ ਨਮਾਜ਼ ਕਰਦੇ ਆ ਤੇ ਕਹਿੰਦੇ ਕੰਨ ਵੀ ਕੋਜੇ ਨੱਕ ਵੀ ਕੋਜੇ ਅੱਖਾਂ ਮੂੰਹ ਸਾਰਾ ਕੁਝ ਤਾਂ ਇੱਕੋ ਜਿਹਾ ਆ ਜੀ ਤੁਸੀਂ ਨਫ਼ਰਤ ਕਿਉਂ ਕਰਦੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਵੀ ਇਹੀ ਕਹਿੰਦੇ ਆ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਕ ਸਾਈਆਂ ਕੋਈ ਇਲਾਹੇ ਕਹਿੰਦੇ ਕੋਈ ਰਾਮ ਰਾਮ ਕਰਦਾ ਕੋਈ ਖੁਦਾ ਖੁਦਾ ਕਹਿੰਦਾ ਆ ਕਹਿੰਦੇ ਦੇਖੋ ਉਹ ਰੱਬ ਦੇ ਹੀ ਆ ਬਾਣੀ ਜਿਵੇਂ ਅੰਗੇ ਕਹਿੰਦੇ ਬਾਰੇ ਜਾਉ ਜੀਤੇ ਤੇਰੇ ਨਾਮ ਜਿੰਨੇ ਵੀ ਤੇਰੇ ਨਾਮ ਆ ਮੈਂ ਵਾਰੀ ਜਾਣਾ ਮਰੇ ਅੱਗੇ ਕਹਿੰਦੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਵਸਈਆਂ ਕੋਈ ਇਲਾਹੇ ਕਾਰਨ ਕਰਮ ਕ੍ਰੀਮ ਕਿਰਪਾ ਤਾਂ ਰਹੀ ਕੋਈ ਨਾਵੇ ਤੀਰਥੀ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰਨਵਾਏ ਕੋਈ ਪੜੇ ਭੇਦ ਕੋਈ ਕਤੀਬ ਕੋਈ ਓਡੇ ਨੀਲ ਕੋਈ ਸਫੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਚੇ ਪੇਸ਼ਟ ਕੋਈ ਸਰਗਿੰਦੂ ਕੋਹ ਨਾਨਕ ਜਨ ਹੁਕਮ ਪਛਾਤਾ ਪ੍ਰਭ ਸੈਬ ਕਾ ਤਿੰਨ ਭੇਦ ਜਾਤਾ ਕਿੰਦੇ ਕੋਈ ਪੂਜਾ ਕਰਦਾ ਕੋਈ ਨਮਾਜ਼ ਕੋਈ ਵੇਦ ਪੜਦਾ ਕੋਈ ਕਥੇ ਪੜਦਾ ਕੋਈ ਨੀਲੇ ਵਸਤਰ ਪੌਂਦਾ ਕੋਈ ਸਫੇਦ ਪਾਹਂਦਾ ਕੋਈ ਕਹਿੰਦਾ ਮੈਂ ਤੁਰ ਗਿਆ ਕੋਈ ਕਹਿੰਦਾ ਹਿੰਦੂ ਆ ਕੋਈ ਕਹਿੰਦਾ ਮੈਂ ਬਹਿਜ ਤੂੰ ਜਾਣਾ ਕੋਈ ਕਹਿੰਦਾ ਮੈਂ ਸਵਰਗ ਨੂੰ ਜਾਣਾ ਅਖੀਰ ਚ ਮਾਰੇ ਕਹਿੰਦੇ ਆ ਕੋਹ ਨਾਨਕ ਜਨ ਹੁਕਮ ਪਛਾਤਾ ਪ੍ਰਭ ਸੈਬ ਕਾ ਤਿੰਨ ਭੇਦ ਜਾਤਾ ਕੰਮੀ ਜੀ ਨੇ ਉਹ ਪ੍ਰਮਾਤਮਾ ਦੇ ਹੁਕਮ ਨੂੰ ਰਜਾ ਨੂੰ ਭਾਣੇ ਨੂੰ ਸਮਝ ਲਿਆ ਭੇਦ ਨੂੰ ਸਮਝ ਲਿਆ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਉਹ ਹੋਣੀ ਹੈ ਤਰੀਕਾ ਤੇ ਆਡਾ ਬਖ ਬਖ ਹੋ ਸਕਦਾ ਹੁਣ ਜੇ ਦਾ ਇੱਥੇ ਸਿਆੜ ਟਲਿਆ ਸੋ ਤੇ ਆ ਸਿਆੜ ਤੋਂ ਮੇਰਾ 20 ਰਾਹ ਆ ਜਿੱਦੇ ਜਿੱਦੇ ਆਉਂਦੇ ਕਈ ਫ੍ਰੀਵੇ ਆ ਹਾਈਵੇ ਆ ਸਟ੍ਰੀਟਾਂ ਆ ਜੇ ਡਾਉਟ ਹੋ ਨਹੀਂ ਕਿੱਦੋਂ ਜਾਣਾ ਹੈ ਜਾਂ ਹਰਮੰਦਰ ਸਾਹਿਬ ਨੂੰ ਹੀ ਆਪਾਂ ਜਾਣਾ ਹੈ ਕਿੰਨੇ ਰਾਹ ਆ ਮੰਜ਼ਿਲ ਆਪਣੀ ਹਰਮੰਦਰ ਸਾਹਿਬ ਆ ਕੋਈ ਕਿਸੇ ਰਾਹ ਵੀ ਆਜਵੇ ਜਾ ਪਹੁੰਚਣਾ ਤੇ ਮੰਜ਼ਲ ਤੇ ਆ ਨਾ ਕੋਈ ਰਾਮ ਰਾਮ ਕਰਕੇ ਪਹੁੰਚੇ ਕੋਈ ਅੱਲਾ ਅੱਲਾ ਖੁਦਾ ਖੁਦਾ ਕਰਕੇ ਕੋਈ ਵਾਹਿਗੁਰੂ ਵਾਹਿਗੁਰੂ ਕੋਈ ਸੋਹਿੰਗ ਕਹਿ ਕੇ ਕੋਈ ਹਰੀ ਹਰੀ ਕਹਿ ਕੇ ਸਾਰੇ ਰੱਬ ਦੇ ਨਾਮ ਹੀ ਆ ਨਾ ਪੰਜ ਪਾਸ਼ਾ ਕੋ ਜਦੋਂ ਕੋਈ ਸਿੱਖਾਂ ਨੇ ਬੇਨਤੀ ਕੀਤੀ ਮਾਰੇ ਕਿਹੜਾ ਨਾਮ ਜਪਣਾ ਚਾਹੀਦਾ ਆ ਮਾਰੇ ਕਹਿੰਦੇ ਕੋਈ ਵੀ ਨਾਮ ਜਪ ਲਓ ਬੜੀ ਸੁਣੀ ਹੁੰਦੀ ਐ ਐਗਜ਼ਾਮਪਲ ਦਿੱਤੀ ਕਹਿੰਦੇ ਜਿਵੇਂ ਦਰਿਆ ਪਾਰ ਕਰਨਾ ਹੈ ਬਹੁਤ ਬੇੜੀਆਂ ਤੁਸੀਂ ਕਿਸੇ ਬੇੜੀ 'ਚ ਵੀ ਬਹਿ ਜਾਓ ਹਰੇਕ ਬੇੜੀ ਦਰਿਆ ਤੋਂ ਪਾਰ ਕਰਨੇ ਸਮਰੱਥ ਹੈਗੀ ਆ ਹਾਂ ਕਈ ਵਾਰੀ ਮਲਾਹ ਦਾ ਫਰਕ ਹੋ ਸਕਦਾ ਕੋਈ ਮਲਾਹ ਸਿੱਧਾ ਲੈ ਜਾਂਦਾ ਥੋੜਾ ਸਮੂਧਲੀ ਕਈ ਥੋੜਾ ਜਿਹਾ ਡੱਕੇ ਡੋਲੇ ਵੀ ਜਾਂਦਾ ਜਾਂਦਾ ਥੋੜਾ ਵੱਧ ਤੇ ਲੱਗ ਜੂ ਘੱਟ ਤੇ ਲੱਗ ਜੂਗਾ ਮਲਾਹ ਦਾ ਫਰਕ ਹੋ ਸਕਦਾ ਯਾਨੀ ਬੇੜੀ ਤਾਂ ਕੋਈ ਨਾਮ ਤਾਂ ਉਹੀ ਆ ਯਾਰ ਇਹ ਜਪਣੇ 'ਚ ਫਰਕ ਹੋ ਸਕਦਾ ਤੇ ਆਡੀ ਪ੍ਰੇਮ ਸ਼ਰਧਾ 'ਚ ਫਰਕ ਹੋ ਸਕਦਾ ਆ ਹਾਂ ਕੋਈ ਗੁਰੂ ਬਹੁਤ ਸਿੰਪਲ ਤਰੀਕੇ ਨਾਲ ਜਿਦਾ ਆਪਣੇ ਗੁਰੂ ਸਾਹਿਬ ਕਹਿੰਦੇ ਤਾਂ ਵੇਦ ਬਹੁਤ ਸੌਖਾ ਆ ਕਮ ਦਸਨਾਂ ਹੋਂ ਦੀ ਕਰਤ ਕਰੋ ਨਾਮ ਜਪੋ ਤਾਂ ਬਾਂਡੇ ਕੇਸ਼ਾ ਕੋ ਬਹੁਤ ਸੌਖਾ ਰਹਾ ਯਾ ਰੱਬ ਦੇ ਮੋੜ ਆਪਣਾ ਹੁਣ ਕਈ ਗੁਰੂ ਸਾਹਿਬਾਂ ਨੇ ਤਾਂ ਹੈਗੇ ਆ ਉਹ ਤੁਹਾਨੂੰ ਕਾਫੀ ਕਰਮ ਕਾਂਡ ਵੀ ਕਰਨੇ ਪੈਂਦੇ ਆ ਇੰਨਾ ਚਿਰ ਬਹਿਣਾ ਇੰਨਾ ਚਿਰ ਆਕਣਾ ਇੰਨਾ ਇੰਨਾ ਉਹਨਾ ਪੈਦਾ ਉਹ ਕਰਨਾ ਠੀਕ ਹੈ ਦਸਪੰਕੀ ਵਾਲਿਆ ਕਿਵਰੀ ਉਹ ਨਹੀਂ ਇਦਾਂ ਪਾਇਆ ਪ੍ਰਮਾਤਮਾ ਨੂੰ ਤੇ ਉਹਦੇ ਦੱਸ ਦਿੰਦੇ ਆ ਜਿੰਨ ਸੈਂਪਲ ਤਰੀਕੇ ਨਾਲ ਪਾਇਆ ਉਹ ਨਹੀਂ ਸੈਂਪਲ ਨਾਲ ਦੱਸ ਦੇਣਾ ਕਿ ਇਹਨੇ ਰੱਬ ਨੂੰ ਸੇਵਾ ਕਰਕੇ ਪਾਇਆ ਉਹ ਕਹਿੰਦਾ ਸੇਵਾ ਨਾਲ ਮਿਲਦਾ ਆ ਕਿਸੇ ਨੇ ਪ੍ਰੇਮ ਕਰਕੇ ਪਾਇਆ ਉਹ ਕਹਿੰਦਾ ਪ੍ਰੇਮ ਨਾਲ ਮਿਲਦਾ ਆ ਕਿਹਿਆ ਨੇ ਬੰਦਗੀ ਕਰਕੇ ਪਾਇਆ ਉਹ ਕਹਿੰਦੇ ਬੰਦਗੀ ਨਾਲ ਮਿਲਦਾ ਆ ਕੋਈ ਕਹਿੰਦੇ ਭਈ ਤੇ ਗਲਬਕੜੀ ਪਾਇਓ ਗੱਲ ਸੂਤ ਆ ਗਈ ਆ ਭਗਤਾਂ ਨੇ ਅਰਗਿਆਂ ਦੀ ਤੇ ਰੋ ਪਟ ਗਈ ਇਹ ਬਈ ਮਹਾਰਾਜ ਹੈ ਕਰੋ ਕਰਪਾ ਗੱਲ ਤੇ ਤੁਹਾਡੀ ਸ਼ਰਤ ਵੀ ਹੈ ਨਾ ਜਿੱਦਾਂ ਵੀ ਹੈਗੀ ਆ ਤੁਸੀਂ ਉਹ ਸਾਬ ਨਾ ਕਰੋ ਵਧੀਆ ਦਸਵੀਂ ਪਾਛੇ ਮਾਰੀ ਆ ਜੀ ਇਹੀ ਕਹਿੰਦੇ ਕਹਿੰਦੇ ਕੋਈ ਭਿਓ ਮੁੰਡਿਆ ਸੰਿਆਸੀ ਕੋਈ ਯੋਗੀ ਭਿਓ ਕੋਈ ਬ੍ਰਹਮਚਾਰੀ ਕੋਈ ਜਤਿ ਜਨ ਮਾਨ ਕੋ ਹਿੰਦੂ ਤੁਰਕ ਕੋਈ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੇ ਕੋ ਪਹਿਚਾਨਦੇ ਕਰਤਾ ਕਰੀਮ ਸੁਈ ਰਾਜ਼ ਕਰੀਮ ਹੋਈ ਦੂਸਰੋ ਨ ਭੇਦ ਕੋਈ ਭੂਲ ਭਰਮ ਮਾਮਿਓ ਇਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇਕ ਇਕ ਹੀ ਸਰੂਪ ਸਭੇ ਇਕ ਕੇ ਜੋਤ ਜਾਣੇ ਕਹਿੰਦੇ ਕੋਈ ਮੁੰਡਿਆ ਸੰਿਆਸੀ ਬਣਿਆ ਫਿਰਦਾ ਕੋਈ ਬ੍ਰਹਮਚਾਰੀ ਬਣਿਆ ਫਿਰਦਾ ਯਾਨੀ ਕੋਈ ਯੋਗੀ ਬਣਿਆ ਫਿਰਦਾ ਕੋਈ ਸਿੱਧ ਬਣਿਆ ਫਿਰਦਾ ਰਾਫ ਜੀ ਉਮਾਮ ਸਾਫੀ ਕਹਿੰਦੇ ਕੋਈ ਮੁਸਲਮਾਨ ਬਣਿਆ ਫਿਰਦਾ ਗਾਂਫੇ ਕੋਈ ਸ਼ੀਆ ਬਣਿਆ ਫਿਰਦਾ ਕੋਈ ਸੁੰਨੀ ਬਣਿਆ ਫਿਰਦਾ ਹੈ ਕਿ ਨਹੀਂ ਕਹਿੰਦੇ ਇੱਕ ਤੋਂ ਹੀ ਮੰਗਦੇ ਆ ਇੱਕ ਹੀ ਕੀ ਸੇ ਸਭ ਹੀ ਕੋ ਗੁਰਦੇਵ ਇੱਕ ਇੱਕ ਹੀ ਸਰੂਪ ਸਭੇ ਇੱਕੇ ਜੋਤ ਜਾਣੇ ਕਹਿੰਦੇ ਹੈਗਾ ਤਾਂ ਉਹ ਇੱਕ ਹੀ ਆ ਨਾ ਨਾ ਜਿਉਂਦੇ ਜਿਉਂਦੇ ਰੱਖਿਆ ਹੋਆ ਸਾਰੇ ਉਹਦੇ ਦਾ ਆ ਮਾਰੇ 10ਵੇਂ ਪਾਠ ਚ ਬਹੁਤ ਸੁਣਾ ਉਹ ਕਹਿੰਦੇ ਆ ਕਹਿੰਦੇ ਕਰਮ ਨਾਮ ਵਰਨਨ ਸਮਤ ਜਪ ਸਾਹਿਬ ਦੇ ਵਿੱਚ ਕਹਿੰਦੇ ਤੇਰੇ ਨਾਮਾ ਨੂੰ ਕੌਣ ਵਰਣਨ ਕਰ ਸਕਦਾ ਆ ਕੋਈ ਨਹੀਂ ਕਹ ਸਕਦਾ ਛੇਸ਼ਨਾਗ ਰੋਜ਼ ਹਜ਼ਾਰਾਂ ਵਾਰੀ ਤੇਰੇ ਨਮੇ ਨਾਮ ਆਚਰਦਾ ਹਨੀ ਦੁਨੀਆ ਦੇ ਵਿੱਚ ਬੇਅੰਤ ਤੇਰੇ ਨਾਮ ਹੈ ਦਸਵੇਂ ਪਾਤਸ਼ਾਹ ਨੀ ਮਹਾਰਾਜ ਨੇ ਹਜ਼ਾਰ ਤੋਂ ਵੱਧ ਜਪ ਸਬਤ ਹੋਰ ਬਾਣੀਆਂ ਇਸ ਪ੍ਰਮਾਤਮਾ ਦੇ ਨਾਮ ਹੁੰਦਾ ਗਾਇਨ ਕੀਤਾ ਹੈ ਪਰ ਮਹਾਰਾਜ ਕਹਿੰਦੇ ਕਰਮ ਨਾਮ ਵਰਣਤ ਸਮਿਤ ਇਹ ਕਹਿੰਦੇ ਤੇਰੇ ਕਰਮ ਨਾਮ ਜਾਂ ਗੁਣਨਾਤਪ ਨਾਮ ਤੇਰੇ ਗੁਣਾ ਕਰਕੇ ਇਹ ਨਾਮ ਹੈਗੇ ਆ ਉਹ ਵੀ ਤੇਰੀ ਕਿਰਪਾ ਨਾਲ ਮਿਆਚਾਰ ਲੱਗਾ ਹੈ ਸੋ ਸਾਰੇ ਉਹ ਪ੍ਰਮਾਤਮਾ ਦੇ ਨਾਮ ਹੀ ਆ ਨਾਵਾਂ ਤੋਂ ਵੀ ਲੜੀ ਜਾਂਦੇ ਆ ਗੁਰੂਆਂ ਤੋਂ ਵੀ ਲੜੀ ਜਾਂਦੇ ਆ ਸਾਡੇ ਵਾਲਾ ਵਧੀਆ ਤੁਹਾਡੇ ਵਾਲਾ ਵਧੀਆ ਸੋ ਜੇ ਰੱਬ ਦੀ ਪ੍ਰਾਪਤੀ ਕਰਨੀ ਜਿੰਨਾ ਚਿਰ ਅਸੀਂ ਦਵੇਤ ਰਹਿਤ ਨਹੀਂ ਹੁੰਦੇ ਉਹਨਾਂ ਚਿਰ ਜਿਨਨੇ ਮਰਜੀ ਕਰਮ ਕਾਂਡ ਕਰੀ ਜਾਓ ਜਿਨਨੇ ਮਰਜੀ ਪਾਠ ਪੂਜਾ ਕਰੀ ਜਾਓ ਜਿਨਨੇ ਮਰਜੀ ਪੀਰਾਂ ਸਾਤੇ ਤੁਰੇ ਫਿਰੋ ਇਹਨਾਂ ਕੋਈ ਫਰਕ ਨਹੀਂ ਪੈਂਦਾ ਦਸਵੇਂ ਪਾਤਸ਼ਾਹ ਮਾਰੇ ਕਹਿੰਦੇ ਆਦ ਅਨਾਦ ਅਗਾਦ ਅਪੇਖ ਦਵੇਖ ਜਪਿਓ ਤਨ ਹੀ ਕੁਲ ਤਾਰੇ ਤੀਰਥ ਕੋਟ ਕੀ ਏ ਇਸ਼ਨਾਨ ਦੀਏ ਬੋਦਾਨ ਮਹਾ ਵਰਦ ਧਾਰੇ ਦੇਸ ਫਿਰਿਉ ਕਰ ਭੀਸ ਤਪੂਤਨ ਕੀ ਇਸ ਧਰੇ ਨ ਮਿਲੇ ਹਰ ਪਿਆਰੇ ਆਸਣ ਕੋਟ ਕੀ ਏ ਸ਼ਟਾਂਗ ਧਰੇ ਬੋ ਨਿਆਸ ਕੀ ਏ ਮੁਖਕਾਰੇ ਦੀਨ ਦਿਆਲ ਕਾਲ ਭਯੋ ਬਿਨ ਅੰਤ ਕੋ ਅੰਤ ਕੇ ਤਾਮਸਤਾਰੇ ਬਨੇ ਬੰਨ ਲਗਤ ਤੀਰ ਸਾਤੇ ਤੁਰੇ ਜਿੰਨਾ ਚਿਰ ਆਦ ਅਨਾਦ ਗਾਹ ਅਭੇਖ ਅਦਵੇਖ ਜਪਿਓ ਤਨਹੀ ਕੋਲਤਾ ਰਹਿ ਜਿੰਨਾ ਚਿਰ ਪੇਖਾਂ ਤੋਂ ਰਹਿਤ ਹੋ ਕੇ ਈਰਖਾ ਦਵੇਸ਼ ਤੋਂ ਰਹਿਤ ਹੋ ਕੇ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ ਉਹਨਾਂ ਚਾ ਕਰੋੜਾਂ ਤੀਰਥਾਂ ਤੇ ਨਾਲੋ ਜਟਾਂ ਰੱਖ ਲਓ ਕੇਸ ਰੱਖ ਲਓ ਵੀ ਸੁਣਾ ਲਓ ਸਾਧੂਆਂ ਵਾਲਾ ਮੂੰਹ ਤੇ ਪਭੂਤੀ ਮਰ ਲਓ ਅਸ਼ਟਾਂਗ ਆਸਣ ਕਰ ਲਓ ਜੋ ਮਰ ਜੀ ਅੰਤ ਕੋ ਅੰਤ ਕੇ ਤਾਂ ਅਖੀਰ ਨੂੰ ਕਾਲ ਦੇ ਹੀ ਵਸ ਪਾਵਾਂਗੇ। 10 ਪਛਾ ਮਰੇ ਨਹੀਂ ਤੇ ਪਰ ਸਾਸ ਵੀ ਮਾਰੇ ਕਹਿੰਦੇ ਆ ਕਹਾਂ ਪਿਓ ਦੂ ਲੋਚਨ ਮੁੰਦ ਕੇ ਬੈਠ ਰਹੋ ਬਖ ਧਿਆਨ ਲਗਾਓ ਨਾਤ ਫਿਰੋ ਲਈ ਅਸਾਸਮੰਦਰਨ ਲੋਗ ਗਿਓ ਪਰਲੋਗ ਕੋ ਆਇਓ ਬਾਸ ਕਿਓ ਬਖਿਆਨਸ ਬੈਠ ਕੇ ਐਸੀ ਐਸ ਸੁਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤੈਨਹੀ ਭਪਾਇ ਕਿੰਦੇ ਜਿਹਨੇ ਮਾਰੀ ਜੀ ਸਮਾਧੀਆਂ ਲਾਲਾ ਤਾਹਾਂ ਪੇ ਹੋ ਦੂ ਲੋਚਨ ਮੁੰਦ ਕੇ ਬੈਠ ਰਹੋ ਵਕਤ ਜੇ ਕਿੰਦੇ ਅੰਦਰ ਪ੍ਰੇਮ ਨਹੀਂ ਨਾ ਅੱਖਾਂ ਮੀਟ ਮੀਟ ਕੇ ਜਿਹੜੀਆਂ ਸਮਾਧੀਆਂ ਦਿਖਾ ਲੜਨੀਆਂ ਲੋਕਾਂ ਨੂੰ ਦਿਖਾਵੇ ਕਰਨਿਆ ਅੰਦਰ ਕੋਈ ਸ਼ੂਰ ਚੱਲ ਰਿਹਾ ਸਮਾਧੀਆਂ ਲਾਈਆਂ ਅੱਖਾਂ ਮੀਟ ਗਾਇਆ ਕਿੰਦੇ ਇਹ ਬਕ ਧਿਆਨ ਲਗਾਇਆ ਬਕ ਬਗਲੇ ਨੂੰ ਕਿੰਦੇ ਜਿਹਦਾ ਬਗਲੇ ਆ ਭਗਤ ਨਹੀਂ ਆਪ ਕਹਿੰਦੇ ਉਹ ਬੈਠਾ ਹੁੰਦਾ ਚੁੰਨੇ ਥੱਲੇ ਨੂੰ ਕਰਕੇ ਮੱਛੀ ਨੂੰ ਫੜਨ ਨੂੰ ਬੈਠਾ ਅੰਦਰ ਕਦੋਂ ਮੇਰੀ ਪਿਤਰ ਰੇਂਜ ਵਿੱਚ ਆਵੇ ਤੇ ਦੇਖਣ ਨੂੰ ਕਹਿੰਦਾ ਯਾਰ ਬੜਾ ਭਾਗਦਿਆ ਇਕੱਲਾ ਤੈ ਖੜਾ ਉਹਨੂੰ ਮਾਰੇ ਕਹਿੰਦੇ ਇਹ ਬਗਲੇ ਦੀ ਭਗਤੀ ਆ ਜੇ ਅੰਦਰ ਹੋਰ ਚੱਲ ਰਿਹਾ ਜਿੰਨੇ ਸਿਰ ਪ੍ਰੇਮ ਨਹੀਂ ਗਾ ਤਖੀਰ ਤੇ ਮਾਰੇ ਹੀ ਫੇ ਹੋਈ ਕਹਿੰਦੇ ਸਾਚ ਕਹੂੰ ਸੁਣ ਲੀਓ ਸਵੇ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਾਪਾਇਆ ਜਨੇ ਪ੍ਰੇਮ ਕੀਤਾ ਰੱਬ ਦਾ ਪ੍ਰੇਮ ਕੀਆ ਉਹਦੀ ਖਲਕਤ ਦਾ ਪ੍ਰੇਮ ਆ ਹਰਕ ਦੇ ਵਿੱਚ ਉਹਦੀ ਆਂਚ ਆ ਹਰ ਜਗ੍ਹਾ ਆ ਜਿਸਕੇ ਰੱਬ ਨੂੰ ਪ੍ਰੇਮ ਕਰਦੇ ਆ ਅਸੀਂ ਦੂਜਿਆਂ ਨੂੰ ਹੇਟ ਕਰਦੇ ਆ ਇਹ ਦੂਜੇ ਮਤ ਦਾ ਦੂਜੇ ਮਾਜਬ ਦਾ ਆ ਦੂਜੇ ਗੁਰੂ ਨੂੰ ਮੰਨਦਾ ਉਹ ਉਹਨੂੰ ਮੰਨਦਾ ਫਿਰ ਦਸਣ ਪਛੇ ਦੀ ਗਾਂ ਬਹੁਤ ਬਾਣੀਆਂ ਚ ਆਉਂਦਾ ਕਹਿੰਦੇ ਜੇ ਪਖੰਡ ਕਰੂੰਗਾ ਨਾ ਅੱਖਾਂ ਮੀਟ-ਮੀਟ ਕੇ ਅੰਦਰ ਕੋਈ ਛੁਰ ਚੱਲਦਾ ਦਿਖਾਵਾ ਕਰੂੰਗਾ ਫਿਰ ਰੱਬ ਅਗਲੇ ਜਨਮ ਚ ਕੀ ਕਰਦਾ ਤੈਨੂੰ ਅੰਨਾ ਜਮਾਉਂਦਾ ਵੀ ਲੈ ਤੈਨੂੰ ਬਹੁਤ ਸ਼ੌਂਕ ਸੀ ਨਾ ਅੱਖਾਂ ਮੀਟਣ ਦਾ ਲੈ ਪੁੱਤ ਹੁਣ ਤੂੰ ਕੋਈ ਨਹੀਂ ਮੈਂ ਦਿਖ ਨਹੀਂ ਨੀਂ ਦਿੰਦਾ ਲੈ ਦਿਖਾ ਦੇ ਅੱਗੇ ਉੱਧਰ ਦਿਖਾਵਾ ਕਰਦੇ ਹੁਣ ਪੱਕਾ ਹੀ ਤੈਨੂੰ ਕਰ ਦਿੰਦਾ ਮਾਰੇ ਕਹਿੰਦੇ ਬੀਜੇ ਬਹੁਤ ਮੂਨ ਰੱਖੂਗਾ ਨਾ ਮੂਨ ਮੂਨ ਮਾਰੇ ਕਹਿੰਦੇ ਚੁੱਪੇ ਚੋਪ ਨਾ ਹੋਵੀਂ ਹਜੇ ਲਾਇਖਾਂ ਦਾ ਅਵਤਾਰ ਕਹਿੰਦੇ ਚੁੱਪ ਕਰਨਾ ਕੱਖ ਨਹੀਂ ਹੋਣਾ ਅੰਦਰ ਜੇ ਉਹ ਮੰਨਤਾ ਚੁੱਪ ਕੀਤਾ ਨਹੀਂ ਬਾਹਰਲੇ ਦਿਖਾਏ ਨਾ ਨਹੀਂ ਬੋਲੂ ਤਾਂ ਫੇਕ ਕੀ ਹੋ ਜੂ ਫੇਗਲੀ ਵਾਰ ਨੂੰ ਮਾਰੇ ਕਹਿੰਦੇ ਗੁੰਗਾ ਜਮਾ ਦਊਗਾ ਇੱਕ ਸਾਧੂ ਆਇਆ ਮਹਾਰਾਜ ਦੇ ਚਰਨਾਂ 'ਚ 10ਵੇਂ ਪਾਤਸ਼ਾਹ ਦੇ ਤਾਂ ਉਹ ਬੋਲਦਾ ਨਹੀਂ ਸੀਗਾ ਤਾਂ ਨਾਲ ਹੋਰ ਵੀ ਮੰਡਲੀ ਸੀ ਇਹ ਜੀ ਬੋਲਦੇ ਨਹੀਂ ਇਹ ਜੀ ਮੂਨਤਾ ਰਿਹਾ ਆ ਤੇ ਮਹਾਰਾਜ ਕਹਿੰਦੇ ਚਲੋ ਇਦਾਂ ਕਰੋ ਵੀ ਬਾਕੀ ਤੇ ਭਾਈ ਥੇ ਲੰਗਰ ਛਕ ਲਓ ਲੰਗਰ ਖਾਂ ਚੋਂ ਤਾਂ ਇਹ ਇਹਨਾਂ ਦੇ ਗੁਰੂ ਆ ਜੀ ਦੀ ਵੀ ਫਲਾਨਿਆਂ ਸੇਵਾ ਕਰੀ ਘਰ ਜਾ ਕੇ ਉਹ ਚਲ ਗਿਆ ਉੱਥੇ ਜਦੋਂ ਗਏ ਤਾਂ ਉਸੀ ਤਕਤ ਕੀ ਮਹਾਰਾਜ ਨੇ ਰਜਨਾ ਦਿਖਾ ਲੈਣਾ ਸੀ ਪਖੰਡ ਨੂੰ ਤੇ ਉਹਨੇ ਉੱਥੇ ਜਾ ਕੇ ਤਾਂ ਘਰ ਅਈ ਨੂੰ ਕਹਿੰਦਾ ਵੀ ਪ੍ਰਸ਼ਾਦ ਦੇ ਉਹ ਕਹਿੰਦੀ ਆਟਾ ਮੁੱਕਾਇਆ ਦਾਲ ਕਹਿੰਦੇ ਸੈਂ ਨਹੀਂ ਚਲ ਕਹਿੰਦੇ ਕੋਈ ਨਹੀਂ ਸਾਧੂ ਇਹਨਾਂ ਨੂੰ ਕੀ ਫਰਕ ਪੈਂਦਾ ਜੋ ਹੈਗਾ ਲਿਆ ਉਹ ਸੁੱਕੀਆਂ ਜੀਆਂ ਰੋਟੀਆਂ ਤੇ ਦੇਤੀਆਂ ਤਾਂ ਉਹ ਚੱਬ ਬਣਾ ਹੁਣ ਦੋ ਤਿੰਨ ਦਿਨਾਂ ਦੀਆਂ ਤੇ ਨਾਲ ਉਹਦੇ ਚਾਰ ਦਾ ਗੰਡਾ ਜਿਹਾ ਦੇ ਦਿੱਤਾ ਕਿੰਦੀ ਜੀ ਸਬਜੀ ਤਾਂ ਹੈ ਨਹੀਂ ਚਲੋ ਕਹਿੰਦੇ ਕੋਈ ਨਹੀਂ ਸਾਧੂਆਂ ਨੂੰ ਕੀ ਫਰਕ ਪੈਂਦਾ ਇਹ ਇਹਨਾਂ ਨੂੰ ਸਵਾਦ ਦਾ ਨਾ ਕੀ ਹੈਗਾ ਆ ਖਾ ਕੇ ਹੱਥ ਮੈਨ ਧਵਾ ਕੇ ਕਹਿੰਦੇ ਜੀ ਚਲੋ ਜੋ ਅਸੀਂ ਰੁੱਖਾ ਮੱਸਾ ਤਾਂ ਅੰਦਰੋਂ ਸੜਿਆ ਬੜਿਆ ਆ ਕਿ ਮਹਾਰਾ ਹੀ ਨੇ ਕਹੀ ਸੇਵਾ ਕਰੀ ਇਹਨ ਮੇਰੀ ਅਨਸਲਟ ਕੀਤੀ ਆ ਉੱਥੇ ਗਿਆ ਜਾਂਦਾ ਹੀ ਪੜਕ ਪਿਆ ਕਹਿੰਦਾ ਮਹਾਰਾ ਯਾ ਮੇਰੀ ਇੱਜ਼ਤ ਕਰਾਈਏ ਤੂੰ ਕਹਿੰਦੇ ਸੁੜੀਆਂ ਸਕੀਆਂ ਮੇਸਲ ਉੱਲੀ ਵੀ ਲੱਗੀ ਸੀ ਮਾੜੀ ਮਾੜੀ ਰੋਟੀਆਂ ਉਹ ਰੱਖੀਆਂ ਜੀ ਮੋਰੇ ਇਦਾਂ ਨਹੀਂ ਤਾਂ ਡਿ ਸਿੱਖਿਆ ਮਹਾਰਾਜ ਕਹਿੰਦੇ ਉਹ ਚੁੱਪ ਚੁੱਪ ਤੰਦਰਾ ਤੇਰਾ ਤਾਂ ਮੂੰਹ ਤਾਂ ਰਿਆ ਆ ਫਿਰ ਸ਼ਰਮਿੰਦਾ ਹੋ ਗਿਆ ਸਿਰਫ ਮਹਾਰਾਜ ਨੇ ਉਹ ਪਾਜ ਬੰਨਣਾ ਸਿਕਾ ਹੈ ਕਿਉਂਕਿ ਪਖੰਡ ਨੂੰ ਨਹੀਂ ਮਹਾਰਾਜ ਲਈ ਕਰਦਾ ਕੋਈ ਵੀ ਅਪਮਨ ਨਹੀਂ ਪਖੰਡ ਨੂੰ ਲਈ ਪਖੰਡ ਕਰਿਆ ਪਖੰਡੀ ਆ ਹੈ ਕਿ ਨਹੀਂ ਸੋ ਸੱਚੀ ਬਾਛਾ ਕਿਰਪਾ ਕਰਨ ਆਪਣਾ ਇਹਦਾ ਵਿਅਦਾ ਘੰਟਾ ਹੋ ਗਿਆ ਨਾ ਅਪੇ ਹੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਪਖੰਡਾਂ ਤੋਂ ਬਹਿਮਾਂ ਤੋਂ ਭਰਮਾਂ ਤੋਂ ਦੁਈ ਦਵੇਸ਼ ਤੋਂ ਭੇਖਾਂ ਤੋਂ ਬਚਾ ਕੇ ਰੱਖਿਓ ਕਿ ਦੇ ਖਾਲਸਾ ਖਾਸ ਕਹਾਵੇ ਸੂਈ ਜਿਸਤੇ ਹਿਰਨੇ ਪਰਮਨ ਕੋਈ ਭਰਮਾਂ ਤੋਂ ਰਹਿਤ ਹੋਈਏ ਪਖੰਡਾਂ ਤੋਂ ਭੇਖਾਂ ਤੋਂ ਮਾਲਕਾ ਸਾਨੂੰ ਰੱਖੀ ਅੰਦਰੋਂ ਤੈਨਾਂ ਜੋੜ ਸਕੀਏ ਬਾਹਰਲੇ ਪੇਖ ਨੂੰ ਕੋਈ ਨਹੀਂ ਪੁੱਛਦਾ ਬਾਰਲਾ ਤੋ ਦਿਖਾਵਾ ਹੈ ਜਿਹੜਾ ਮਰਜੀ ਤੁਸੀਂ ਕਰ ਲੋ ਚਲੋ ਵਧੀਏ ਪਾ ਲਓ ਗੋੜਿਆ ਵਧੀਏ ਆ ਪਰ ਇਦਾਂ ਨਾ ਹੋਵੇ ਬਾਹਰੋਂ ਬਹੁਤ ਵਧੀਏ ਹੋਵੇ ਪਾਣੀ ਤਾਂ ਬਾਣਾ ਬਹੁਤ ਵਧੀਏ ਆ ਗੱਲ ਪਰ ਜੇ ਬਾਣੀ ਨਹੀਂ ਤਾਂ ਬਾਣਾ ਕੱਲਾ ਭੇਖਿਆ ਜੇ ਬਾਣੀ ਦੇ ਨਾਲ ਬਾਣਾ ਆ ਤਾਂ ਸੋਨੇ ਤੇ ਸੁਹਾਗਾ ਆ ਇਹੀ ਆਪਾਂ ਅਰਦਾਸ ਕਰਦੇ ਸਿੱਤੇ ਪਾਤਸ਼ਾਹ ਕਿਰਪਾ ਕਰਿਓ ਸਾਡੇ ਤੇ ਰਹਿਮਤ ਕਰਿਓ ਸਾਨੂੰ ਮੈਂ ਮੇਰੀ ਤੇ ਬਚਾ ਕੇ ਭੇਖਾਂ ਤੋਂ ਬਚਾ ਕੇ ਭਟਕਣਾ ਤੋਂ ਬਚਾ ਕੇ ਆਪਣੇ ਨਾਮ ਦੇ ਵਿੱਚ ਰੰਗ ਹੀ ਰੱਖਿਓ ਹੱਕ ਸੱਚ ਤੇ ਚੱਲਣ ਦੀ ਬਾਦ ਬੁੱਧੀ ਵਖਿਓ ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾਂ ਕਲਯੁਗ ਦੇ ਵਿੱਚ ਹੱਕ ਸੱਚ ਤੇ ਚੱਲਣਾ ਬਹੁਤ ਔਖਾ ਆ ਕਿਉਂਕਿ ਝੂਠ ਦਾ ਬਹੁਤ ਬੋਲ ਵਾਲਾ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ